ਗੇਂਦ ਨਾਲ ਲਹਿਰਾਂ। ਇਸ ਮਜ਼ੇਦਾਰ ਤਜਰਬੇ ਨੂੰ ਕਰਨ ਦੇ ਲਈ ਤੁਹਾਨੂੰ 15 ਜ਼ਿਆਦਾ ਉਛਲਣ ਵਾਲੀਆਂ ਗੇਂਦਾਂ, ਪਿੰਨਾਂ, ਪਲਾਸ ਅਤੇ ਧਾਗਾ ਆਦਿ ਚਾਹੀਦਾ ਹੈ। ਪਿੰਨ ਦਾ ਸਿਰ ਪਲਾਸ ਨਾਲ ਚਪਟਾ ਕਰ ਲਵੋ ਅਤੇ ਇਸ ਦੇ ਬਿਨਾਂ ਸਿਰੇ ਵਾਲੇ ਹਿੱਸੇ ਨੂੰ ਮੋੜ ਕੇ 20 ਨੌਚ ਜਾਂ 20 ਬਣਾ ਦਵੋ। 20 ਪਿੰਨ ਦੇ ਦੋਨੋਂ ਕੋਨੇ ਕ੍ਰੇਜ਼ੀ ਬਾਲ ਵਿੱਚ ਗੱਡ ਦਿਓ। ਇਹ ਹੁੱਕ ਨਾਲ ਗੇਂਦ ਬੜੀ ਆਸਾਨੀ ਨਾਲ ਧਾਗੇ ਨਾਲ ਟੰਗੀ ਜਾ ਸਕਦੀ ਹੈ। ਇੱਕ ਘੁੰਮਦਾ ਹੋਇਆ ਫਰੇਮ ਬਣਾਓ ਅਤੇ ਘੜਦੀ ਹੋਈ ਲੰਬਾਈ ਵਾਲੀਆਂ 15 ਗੇਂਦਾਂ ਲਟਕਾ ਦਿਓ। ਫੁੱਟੇ ਦੀ ਮਦਦ ਨਾਲ ਗੇਂਦਾਂ ਨੂੰ ਇਕੱਠੀਆਂ ਧੱਕੋ ਅਤੇ ਫਿਰ ਗੇਂਦਾਂ ਨੂੰ ਲੈ ਵਿੱਚ ਹਿਲਦੀਆਂ ਦਾ ਆਨੰਦ ਮਾਣੋ। ਗੇਂਦਾਂ ਬਹੁਤ ਵਧੀਆ ਪੈਟਰਨ ਬਣਾਉਣਗੀਆਂ। ਇਹ ਤਜਰਬਾ ਸੂਰਜ ਦੀ ਰੌਸ਼ਨੀ ਵਿੱਚ ਕਰੋ। ਗੇਂਦਾਂ ਦਾ ਨਾਚ ਅਤੇ ਉਹਨਾਂ ਦੇ ਪਰਛਾਵਿਆਂ ਦਾ ਆਨੰਦ ਮਾਣੋ। ਗੇਂਦਾਂ ਦਾ ਲੈ ਵਾਲਾ ਨਾਚ ਘੁੰਮਦੇ ਹੋਏ ਸੱਪ ਦੀ ਤਰ੍ਹਾਂ ਲੱਗੇਗਾ ਅਤੇ ਬਹੁਤ ਖੂਬਸੂਰਤ ਲੱਗੇ।